लो जी, साड़ी दुध वाली बर्फी हो गई है जी तैयार। ते तुसी करो जी मूँह मिठा, ते मैं कर लिया हुण तुहाडी वारी। ते हुण ही गार्निश करांगे अपने बदामां दे नाल। इहदे उत्ते तुसी होर भी महंगा ड्राई फ्रूट्स भी ला सकदे जी, साडे कोल हैगा नहीं सी। सत श्री अकाल जी सारिआं नूं। सत श्री अकाल जी सारिआं नूं। होर की हाल चाल जी सारिआं दा? ठीक ठाक सारे जणे? तुसी ठीक हो? चलो वधिया। ते अज जी असी तुहाडा करावांगे जी सारिआं दा मूँह मिठा। क्यों? क्योंकि असी लिआंदा जी नवां ओवन। सही है, माइक्रोवेव ओवन। ते तुसी मम्मी फिर की खवाउणा इहनां नूं मूँह मिठा कदे ना करवाउणा? दुध दी बर्फी। ठीक है जी, अज असी हां चलो फिर बनाइए। चलो भाई दस देना। आज तुम दसी बर्फी च की है? चलो दसो की पैना। इलायची पाउडर ठीक है। हाँ जी, सब तो पहला दुध पावांगे जी आपां। ए मम्मी किन्ना वा दुध? ए 400 ग्राम। 400 ग्राम दुध। हां छोटी डब्बी है ना? हां जी। हुण इहदे विच की होणा आपां? ए सुक्का दुध। ठीक है, ते ए किन्ना सी दुध? ए 200 ग्राम। 200 ग्राम ठीक है। ते लगभग थोड़ा वध घट हो जे कोई नहीं। ओके, ते जेड़ा दही है? ए दही जेड़ा ए 150 ग्राम। ठीक है, 150। हुण इन मिक्स कर दी। ओके, गुरप्रीत तेनू यही ना मिक्स करना ना, मिक्स चंगी तरह करना। आ देखो ठीक है, कोई लफ्ज नहीं रह गया, कोई विच गठरी नहीं रह गई ना। जिस तरह लफ्ज जड़ा मतलब वो जड़ा जो होई नहीं टेलियां जे जिदा कह दंदे आपां। ठीक है, सुक्का दूध सी ना विच, दही सी, दही नु भी फेंटिया नहीं सी, अहीं ओदा ही पाया सी। सही है ना, इस करके इहनु इह हो गया जी। ਹੁਣ ਤੁਹਾਨੂੰ ਇਹ ਓਵਨ ਦਾ ਕੰਮ ਆ, ਗੁਰਪ੍ਰੀਤ ਦੱਸੇਗਾ। ਮੈਂ ਅਜੇ ਓਵਨ ਨੂੰ ਦੇਖਿਆ ਨਹੀਂ ਇਹ ਕਰਕੇ, ਹੁਣ ਆਪਾਂ ਸਭ ਤੋਂ ਪਹਿਲਾਂ ਸਾਡਾ ਜੀ ਅਸੀਂ ਓਵਨ ਲਿਆਂਦਾ ਸੀ IFB ਦਾ। ਠੀਕ ਹੈ, ਇਹਦੇ ਵਿੱਚ ਰੱਖਾਂਗੇ ਇਹਨੂੰ ਆਪਣੇ ਬੈਟਰ ਨੂੰ। ਠੀਕ ਹੈ, ਤੇ ਇਹਦਾ ਜਿਹੜਾ ਟਾਈਮਿੰਗ ਆ ਉਹ ਆਪਾਂ ਲਾਵਾਂਗੇ। ਪਹਿਲਾਂ ਅਸੀਂ ਇਹਦਾ ਪਾਵਰ ਲੈਵਲ ਜਿਹੜਾ ਹੈ ਉਹ ਆਪਾਂ ਸੈੱਟ ਕਰਾਂਗੇ, ਇਹਨੂੰ ਆਪਾਂ ਹਾਈ 'ਤੇ ਰੱਖਾਂਗੇ। ਠੀਕ ਆ, ਹਾਈ 'ਤੇ ਕਰਨ ਤੋਂ ਬਾਅਦ ਆਪਾਂ ਇਹਦੇ 3 ਮਿੰਟ ਲਾਵਾਂਗੇ, 1, 2, 3। ਠੀਕ ਆ, ਅਤੇ ਥੱਲੋਂ ਕਰ ਦਾਂਗੇ ਸਟਾਰਟ। ਪਹਿਲਾਂ 3 ਮਿੰਟ 'ਤੇ ਆਪਾਂ ਇਹਨੂੰ ਕਰਾਂਗੇ ਕੁੱਕ। ਇੱਕ ਤਾਂ ਉੱਪਰ ਫਲਾਵਰ ਲੱਗਾ, ਅੰਦਰ ਦਾ ਕੁਛ ਦਿਖਦਾ ਵੀ ਨਹੀਂ। 1, 0 ਇਹ ਹੋ ਗਿਆ, ਅਤੇ ਹੁਣ ਆਪਾਂ ਦੇਖਾਂਗੇ ਖੋਲ ਕੇ। ਓਕੇ, ਸੀ ਦੈਟ ਗਾਈਜ਼, ਇੱਥੇ ਗਰਮ ਤਾਂ ਨਹੀਂ? ਗਰਮ ਕੱਪੜਾ ਦਿਓ ਮੰਮੀ, ਇਹਨੂੰ ਕੱਢ ਲਾਂਗੇ ਬਾਹਰ ਆਪਾਂ। ਹਾਂਜੀ, ਹੁਣ ਇਹਨੂੰ ਪੈਂਟ, ਹੁਣ ਇੱਕ ਵਾਰੀ ਇਹਨੂੰ ਮਿਕਸ ਕਰ ਲਾਂਗੇ ਆਪਾਂ। ਇਹਦੀ ਸਮੈਲ ਤਾਂ ਪਹਿਲਾਂ ਹੀ ਆਉਣ ਲੱਗ ਗਈ। ਇਹਦੀਆਂ ਫੇਰਾ ਜਿਸ ਤਰ੍ਹਾਂ ਬਣੀਆਂ ਹੋਈਆਂ ਨਾ, ਇਹਨਾਂ ਨੂੰ ਫੇਰ ਅਸੀਂ ਦੁਬਾਰਾ ਠੀਕ ਤਰ੍ਹਾਂ ਕਰੀ ਸਾਰਾ ਮਤਲਬ ਫੇਰ ਕਰ ਲਾਂਗੇ, ਮਿਕਸ ਕਰਾਂਗੇ, ਮਿਕਸ ਕਰ ਲਾਂਗੇ। ਇਹ ਹੋ ਗਿਆ। ਹਾਂਜੀ, ਹੁਣ ਆਪਾਂ ਫੇਰ ਇਹਨੂੰ 2 ਮਿੰਟ ਵਾਸਤੇ ਕੁੱਕ ਕਰਾਂਗੇ। ਠੀਕ ਹੈ ਜੀ, ਸੇਮ ਸਾਰਾ ਕੁਛ, ਪਾਵਰ ਹਾਈ ਆ, ਅਤੇ 2 ਮਿੰਟ ਸਟਾਰਟ। ਓਕੇ, ਹੁਣ ਕਰੋ ਵੇਟ, 2, 1, ਲਓ ਜੀ ਇਹ ਹੋ ਗਿਆ, ਐਂਡ ਸਟੋਪ ਕਰ ਦਿਓ ਇਹਨੂੰ, 10, 12। ਓਏ ਹੋਏ,
ਮੰਮੀ ਸਮੈਲ ਬੜੀ ਘੈਂਟ ਆਉਂਦੀ ਆ ਮੇਰਾ ਤਾਂ ਖਾਣ ਨੂੰ ਜੀ ਕਰਨ ਡਿਆ ਡੁੱਬ ਜਾਏ ਠੰਡਾ ਹੋ ਹੀ ਜਾਏ ਮੈਂ ਇਹਨੂੰ ਫਿਰ ਬਾਹਰ ਕੱਢਦਾ ਹੁਣ ਇਹ ਦੁਬਾਰਾ ਉਸੇ ਤਰ੍ਹਾਂ ਪਹਿਲੇ ਤਰ੍ਹਾਂ ਹੀ ਨਾ ਮਿਕਸ ਕਰ ਲਾਂਗੇ ਭਾਰੀ ਇਹਦੇ ਵਿੱਚ ਪਾਵਾਂਗੇ ਅਰਕਾਂ ਘਿਓ 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 ਕਿੰਨਾ ਪਾਇਆ ਤੁਹਾਨੂੰ ਦੱਸਿਆ ਪਤਾ ਦੱਸਿਆ ਨਹੀਂ ਘਿਓ ਨਹੀਂ ਦੱਸਿਆ ਘਿਓ ਕਿੰਨਾ ਸੀ ਸੱਚ ਇੱਕ ਚਮਚ ਮਤਲਬ ਅੱਜ ਕੱਲ ਜਿਹੜਾ ਚਮਚ ਹੁੰਦਾ ਨਾ ਉਹ ਦੋ ਬਣ ਜਾਂਦੇ ਆ ਕਿਉਂ ਸੰਘਣਾ ਜੰਮ ਜਾਂਦਾ ਨਾ ਘਿਓ ਇਸ ਕਰਕੇ ਦੋ ਚਮਚ ਤੁਸੀਂ ਲਾ ਲਓ ਜੇ ਲੀਕਵਰਡ ਕਰੋਗੇ ਦੋ ਚਮਚ ਹੁਣ ਲਾਸਟ ਟਾਈਮ ਆਪਾਂ ਇਹਨੂੰ ਕੁੱਕ ਕਰਾਂਗੇ ਤੇ ਇਹਨੂੰ ਕਰੀਏ ਬੰਦ ਤੇ ਸੇਮ ਪਾਵਰ ਲੈਵਲ ਜਿਹੜਾ ਆਪਾਂ ਹੁਣ ਘਟਾ ਦੇਣਾ ਇਹਨੂੰ ਲੈ ਹੋਣਾ 50 ਤੇ ਅਤੇ ਦੈਨ ਹੁਣ ਲਵਾਂਗੇ 3 ਮਿੰਟ ਵਾਸਤੇ ਓਕੇ 3 ਮਿੰਟ ਸਟਾਰਟ ਅਤੇ ਉਸ ਤੋਂ ਬਾਅਦ ਸਾਡੀ ਜਿਹੜੀ ਬਰਫੀ ਆ ਉਹ ਤਿਆਰ ਹੋ ਜਾਣੀ ਥੋੜ੍ਹਾ ਬਹੁਤਾ ਕੰਮ ਰਹਿ ਜਾਣਾ ਉਹ ਫਿਰ ਕਰਕੇ ਅਤੇ ਫਿਰ ਖਵਾਈਏ ਤੁਹਾਨੂੰ ਫਿਰ 5 4 3 2 1 ਲਓ ਜੀ ਫਾਈਨਲੀ ਸਾਡੀ ਬਰਫੀ ਜਿਹੜੀ ਆ ਬਾਹਰ ਆਉਣ ਨੂੰ ਫੈਣ ਰਹੀ ਆ ਓਏ ਮੇਰਾ ਕੈਮਰਾ ਠੀਕ ਆ ਅਤੇ ਲਓ ਜੀ ਬਰਫੀ ਸਾਡੀ ਮੋਸਟਲੀ ਤਿਆਰ ਹੀ ਆ ਮੈਂ ਕੱਢਾਂ ਮਾਰ ਇਹਨੂੰ ਹੁਣ ਅਸੀਂ ਇਹਨਾਂ ਨੂੰ ਥੋੜ੍ਹਾ ਮਿਕਸ ਕਰੀਏ ਲਓ ਜੀ ਹੁਣ ਮੰਮੀ ਕੀ ਕਰਨਾ ਆਪਾਂ ਹੁਣ ਇਲਾਇਚੀ ਪਾਉਣੀ ਵਿੱਚ ਇਲਾਇਚੀ ਪਾਊਡਰ ਓਕੇ ਇਲਾਇਚੀ ਪਾਊਡਰ ਇਹ ਕਿੰਨੀ ਆ ਇਲਾਇਚੀ ਇੱਕ ਚਮਚ ਇਲਾਇਚੀ ਚਮਚ ਇਲਾਇਚੀ ਪਾਊਡਰ ਇਹਨੂੰ ਵੀ ਕਰ ਦੋ ਜੀ ਇਲਾਇਚੀ ਦੀ ਸਮੈਲ ਮਿਕਸ ਓਏ ਹੋਏ 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 ਇਲਾਇਚੀ ਦੀ ਸਮੈਲ ਬਹੁਤ ਪੂਰਾ ਦਾਣੇਦਾਰ ਬਣਿਆ ਹੈ ਠੀਕ ਆ ਓਵਨ ਟ੍ਰੇ ਯੂਜ਼ ਕਰਦੇ ਆ ਆਪਾਂ ਹਾਂਜੀ ਇਹ ਹੈਗੀ ਜੀ ਪੀਜ਼ਾ ਟ੍ਰੇ ਆ ਤੇ ਰਾਈਟ ਨਾਊ ਸਾਡੇ ਕੋਲ ਕੁਛ ਨਹੀਂ ਹੈਗਾ ਆਪਣਾ ਪਾਉਣ ਵਾਸਤੇ ਤੇ ਆਪਾਂ ਇਹਦੇ ਦੇ ਉੱਤੇ ਹੀ ਕਰਦੇ ਆ ਆਪਣੀ ਜਿਹੜੀ ਬਰਫੀ ਆ ਉਹ ਜਮਾਉਂਦੇ ਆ ਇਹ ਤੇ ਪਤਲੀ ਨਾ ਹੋ ਜਾਏਗੀ ਜਾਂ ਬੜੀ ਹੈ ਇੰਨੇ ਕੁ ਪੀਸ ਚਲੋ ਪੀਸ ਸਹੀ ਆ ਸਾਈਡ 'ਤੇ ਰੱਖਿਓ ਸਾਰੇ ਦੇ ਵਿੱਚ ਨਹੀਂ ਨਾ ਕਰਾਂਗੇ ਹਾਂ ਓਕੇ ਠੀਕ ਆ ਲਓ ਜੀ ਸਾਡੀ ਬਰਫੀ ਜਿਹੜੀ ਆ ਉਹ ਹੋ ਰਹੀ ਆ ਤਿਆਰ ਮਹਿਮਾਨ ਬਣ ਕੇ ਆ ਜਾਓ ਸੁਬਹ ਆਹੋ ਕਮੈਂਟ ਕਰਕੇ ਦੱਸ ਦਿਓ ਕਿੰਨੇ ਕਰ ਲਿਆ ਖਾ ਲੈਣੀ ਜੀ ਸਾਰੀ ਮੈਂ ਤੇ ਫਿਰ ਹੈਗਾ ਹੀ ਆ ਘਰੇ ਹੀ ਆ ਮੈਂ ਤੇ ਘਰੇ ਹੀ ਆ ਫਿਰ ਖਾਣ ਵਾਸਤੇ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸੇ ਨੇ ਪਹਿਲਾਂ ਇਹ ਵਾਲੀ ਬਰਫੀ ਟਰਾਈ ਕੀਤੀ ਸੀ ਨਹੀਂ ਕੀਤੀ ਤੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਹੈਗਾ ਕੰਮ ਸਾਰਾ ਓਵਨ ਦਾ ਤੇ ਇਸ ਕਰਕੇ ਟਰਾਈ ਕਰਕੇ ਜ਼ਰੂਰ ਦੱਸਿਓ ਸਾਨੂੰ ਬਾਕੀ ਕਿਵੇਂ ਦੀ ਲੱਗੀ ਰੈਸਿਪੀ ਕਿਵੇਂ ਦੀ ਲੱਗੀ ਆ ਉਹ ਵੀ ਕਮੈਂਟ ਕਰਕੇ ਤੁਸੀਂ ਦੱਸਣਾ ਓਕੇ ਤੇ ਹੁਣ ਅਸੀਂ ਗਾਰਨਿਸ਼ ਕਰਾਂਗੇ ਆਪਣੇ ਬਦਾਮਾਂ ਦੇ ਨਾਲ ਇਹਦੇ ਉੱਤੇ ਤੁਸੀਂ ਹੋਰ ਵੀ ਮਹਿੰਗਾ ਡਰਾਈ ਫਰੂਟਸ ਵੀ ਲਾ ਸਕਦੇ ਜੇ ਸਾਡੇ ਕੋਲ ਹੈਗਾ ਨਹੀਂ ਸੀ ਤੇ ਆਪਾਂ ਬਦਾਮਾਂ ਨਾਲ ਹੀ ਕੰਮ ਚਲਾਉਣ ਡੇ ਹਾਂ ਕੈਂਟ ਹਾਂ ਸਹੀ ਆ ਭੱਜਣਗੇ ਨਹੀਂ ਓਕੇ ਇਹਨੂੰ ਕਰਦੇ ਹਾਂ ਆਪਾਂ ਥੋੜ੍ਹਾ ਚਿਰ ਠੰਡੀ ਨਾਲ ਉਹਨੂੰ ਮੰਮੀ ਦੱਬਦੇ ਪਏ ਵਿੱਚ ਹਾਂ ਸਹੀ ਆ ਹੁਣ ਦੇਖਦੇ ਅਤੇ ਇਹਨੂੰ ਠੰਡਾ ਕਰਕੇ ਪੀਸ ਕੱਟ ਕੇ ਅਤੇ ਖਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਅਤੇ ਬਾਕੀ ਤੁਸੀਂ ਸਾਰੇ ਜਣੇ ਦੱਸਿਓ ਕਿਵੇਂ ਦੀ ਲੱਗੀ ਰੈਸਿਪੀ ਅਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਓਕੇ ਜੀ ਬਾਏ